ETT 5994 ਨੂੰ ਐਡਮਿਟ ਕਾਰਡਸ ਆਊਟ ਹੋ ਚੁੱਕੇ ਹੈ ਐਗਜੈਕਟਲੀ ਤੁਸੀਂ ਗਾਈਸ ਜਿਵੇਂ ਹੀ ਤੁਸੀਂ ਵੈਬਸਾਈਟ ਤੇ ਜਾਂਦੇ ਹੋ ਲੇਟੈਸਟ ਰਿਕਰੂਟਮੈਂਟ ਦਾ ਸੈਕਸ਼ਨ ਓਪਨ ਕਰਦੇ ਹੋ ਤਾਂ ਗਾਈਸ ਐਗਜੈਕਟਲੀ ਤੁਹਾਨੂੰ ਰਿਕਰੂਟਮੈਂਟ ਜਿਹੜੀ ਹੈਗੀ ਆ ETT 5994 ਵਾਲੀ ਉਸਦੀ ਅਪਡੇਟ ਮਤਲਬ ਤੁਹਾਡੇ ਸਾਹਮਣੇ ਇੱਕ ਉਸਦਾ ਲਿੰਕ ਮਿਲਦਾ ਹੈ ਜਸਟ ਗਾਈਸ ਤੁਸੀਂ ਕਰਨਾ ਕੀ ਹੈ ਹਾਲਾਂਕਿ ਇੱਥੇ ਕੋਈ ਅਪਡੇਟ ਨਹੀਂ ਹੈ ਹੋਮ ਪੇਜ ਤੇ ਕੋਈ ਅਪਡੇਟ ਨਹੀਂ ਹੈ ਜਿੱਦਾਂ ਕਿ ਤੁਸੀਂ ਦੇਖ ਚੁੱਕੇ ਹੋ ਵੈਬਸਾਈਟ ਤੇ ਬਟ ਜਿਵੇਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਪਾਸਵਰਡ ਫਿਲ ਕਰਦੇ ਹੋ ਤੇ ਤੁਸੀਂ ਐਗਜੈਕਟਲੀ ਜਿਹੜੀ ਅਪਡੇਟ ਹੈਗੀ ਹੈ ਉਹ ਬਿਲਕੁਲ ਤੁਸੀਂ ਵੈਬਸਾਈਟ ਤੇ ਤੁਹਾਡੇ ਇਹਨੂੰ ਓਪਨ ਕਰਨ ਤੋਂ ਬਾਅਦ ਦੇਖ ਸਕਦੇ ਹੋ ਹਾਲਾਂਕਿ ਕਿਧਰੇ ਵੀ ਬਾਹਰੋਂ ਅਪਡੇਟ ਨਹੀਂ ਨਜ਼ਰ ਆ ਰਹੀ ਹੈ ਬਟ ਜਦੋਂ ਸੂਰਨ ਨੇ ਚੈੱਕ ਕੀਤਾ ਤਾਂ ਜ਼ਰੂਰ ਤੋਂ ਦੇਖਿਆ ਗਿਆ ਬਾਕੀ ਗਾਈਸ ਸਭ ਨੂੰ ਬੈਸਟ ਵਿਸ਼ਿਸ ਐਂਡ ਗਾਈਸ ਜਦੋਂ ਤੱਕ ਤੁਸੀਂ ਪੇਪਰ ਦਿਓਗੇ ਲਗਭਗ ਜੇ 3 ਮਹੀਨੇ ਹੋ ਚੁੱਕੇ ਹੋਣਗੇ ਸਰਕਾਰ ਨੇ 6 ਮਹੀਨੇ ਕਹੇ ਹੈ ਜਾਂ ਮਤਲਬ ਸੋਰੀ ਹਾਈ ਕੋਰਟ ਵੱਲੋਂ ਵੀ ਜਿਹੜਾ 6 ਮਹੀਨੇ ਦਾ ਲਗਭਗ ਜਿਹਾ ਕਿਹਾ ਗਿਆ ਹੈ ਪੂਰਾ ਕਰਵਾਉਣ ਦੇ ਲਈ ਸੋ ਤੁਸੀਂ ਹੁਣ ਦੇਖੋ ਸਮਾਂ ਬਹੁਤ ਵਧੀਆ ਹੈ ETT 2364 ਲਈ ਪ੍ਰੋਵੀਜ਼ਨਲ ਲਿਸਟ ਆਊਟ ਹੋ ਚੁੱਕੀ ਹੈ ਕੇਸਿਸ ਡਿਸਮਿਸਲ ਹੋ ਗਏ ਹੈ ਇਧਰੋਂ ਸਿਲੇਬਸ ਲਈ ਕੇਸ ਡਿਸਮਿਸ ਪੇਪਰ 28 ਤਰੀਕ ਨੂੰ ਹੋਣ ਜਾ ਰਿਹਾ ਹੈ ਸਭ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜਿਹੜਾ ਹੈਗਾ ਹੈ ਪਹਿਲਾਂ ਤਾਂ ਮੁਬਾਰਕਾਂ ਵੀ ਦੇਣਾ ਚਾਹੂੰਗਾ ਕਿਉਂਕਿ 2364 ਵੀ ਲਗਾਤਾਰ ਦੌੜਦੀ ਵੀ ਨਜ਼ਰ ਆ ਰਹੀ ਹੈ ਤੇ ਉਵੇਂ ਤੁਹਾਡੀ ਵੀ ਵੈਕੈਂਸੀ ਦੌੜੇਗੀ ਜੋ ਮਤਲਬ ਪ੍ਰੋਬਲਮ ਸੀ ਕੰਪਲੀਕੇਸ਼ਨ ਸੀ ਲਗਭਗ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਸੋ ਪਰਮਾਤਮਾ ਤੁਹਾਨੂੰ ਬਹੁਤ ਜਲਦੀ ਜੋਬ ਦਿਲਾਏ ਐਂਡ ਪਹਿਲਾਂ ਪੇਪਰ ਕਲੀਅਰ ਕਰੋ ਹੈ ਨਾ ਕੰਫੀਡੈਂਸ ਬਣਾ ਕੇ ਐਂਡ ਬਾਕੀ ਇਸ ਵੀਡੀਓ ਨੂੰ ਵੀ ਫਰੈਂਡਸ ਤੱਕ ਸ਼ੇਅਰ ਕਰ ਦੇਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਤੋਂ ਜਿਹੜਾ ਹੈਗਾ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਚੀਜ਼ ਜਿਹੜੀ ਕਿ ਮੈਂ ਤੁਹਾਨੂੰ ਹੋਰ ਈਜ਼ੀ ਬਣਾਉਣ ਦੇ ਲਈ ਹੈਲਪ ਕਰ ਸਕਦਾ ਸੋ ਉਹ ਕੀ ਹੈਗਾ ਇਹੀ ਲਿੰਕ ਤੁਹਾਡੇ ਲਈ ਜਿਹੜਾ ਹੈਗਾ ਤੁਹਾਨੂੰ ਇੰਨਾ ਕੁਛ ਕਰਨ ਦੀ ਲੋੜ ਨਹੀਂ ਹੈ ਆਪਣੇ ਟੈਲੀਗ੍ਰਾਮ ਚੈਨਲ ਤੇ ਜਾਓਗੇ ਸਕੈਨ ਕਰ ਲਓ ਚਾਹੇ ਸਰਚ ਕਰ ਲਓ ਤਾਂ ਚਾਹੇ ਇੰਸਟਾਗ੍ਰਾਮ ਫੇਸਬੁੱਕ ਤੇ ਵੀ ਜ਼ਰੂਰ ਤੋਂ ਜੁੜੇ ਰਹੋ ਬਾਕੀ ਟੈਲੀਗ੍ਰਾਮ ਤੇ ਮੈਂ ਲਿੰਕ ਪਾ ਦਿੱਤਾ ਜਸਟ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਉੱਥੋਂ ਟੈਲੀਗ੍ਰਾਮ ਜੁਆਇਨ ਕਰਦੇ ਹੋਏ ਐਂਡ ਉੱਥੇ ਜਾ ਕੇ ਦੇਖੋਗੇ ਤਾਂ ਬਿਲਕੁਲ ਐਡਮਿਟ ਕਾਰਡਸ ਲਈ ਰੀਡਾਇਰੈਕਟ ਕਰੇਗਾ ਆਪਣਾ ਫਿਲ ਕਰੋ ਡਿਟੇਲਸ ਐਂਡ ਡਾਊਨਲੋਡ ਕਰਕੇ ਕੱਲ੍ਹ ਪ੍ਰਿੰਟ ਵਗੈਰਾ ਆਪਣਾ ਲੈ ਲੈਣਾ ਹੈ ਨਾ ਅਤੇ ਦੇਰ ਹੋ ਗਈ ਹੈ ਵੈਸੇ ਮੈਨੂੰ ਵੀਡੀਓ ਬਣਾਉਂਦੇ ਬਣਾਉਂਦੇ ਬਟ ਹਾਂ ਮੈਂ ਟੈਲੀਗ੍ਰਾਮ 'ਤੇ ਕਾਫੀ ਪਹਿਲਾਂ ਇਨਫੋਰਮ ਕਰ ਚੁੱਕਿਆ ਸੀਗਾ ਜੀ ਓਕੇ ਜੀ ਸੋ ਮਿਲਦੇ ਹਾਂ ਆਪਾਂ ਅਗਲੀ ਕੋਈ ਹੋਰ ਅਪਡੇਟ ਦੇ ਨਾਲ ਬਾਕੀ ਜਦੋਂ ਤੱਕ ਜੋਬ ਨਾ ਲੱਗ ਜਾਇਓ ਉਦੋਂ ਤੱਕ ਜੁੜੇ ਰਹੋ ਹਾਂ ਅਕੈਡਮੀ ਵੈਸੇ PSTET ਜਾਂ ਮਾਸਟਰ ਕੈਡਰ ਦੀ ਨਿਊ ਬੈਚ ਸ਼ੁਰੂ ਕਰ ਚੁੱਕੀ ਹੈ ਤਾਂ ਇੱਥੇ ਵੀ ਹਿੱਟ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪਰਫੋਰਮ ਕਰਨ ਦੇ ਲਈ ਸੋ ਤੁਸੀਂ ਅੱਗੇ ਜਿਹੜਾ ਹੈਗਾ ਸਟੂਡੈਂਟਸ ਨੂੰ ਦੱਸ ਸਕਦੇ ਹੋ ਤਾਂ ਬਾਕੀ ਗਾਈਸ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਹੈਲਪਲਾਈਨ ਨੰਬਰ ਜਿਹੜੇ ਹੈਗੇ ਹੈ ਉਹ ਤੁਹਾਡੇ ਲਈ ਆਲਵੇਜ਼ ਜਿਹੜੇ ਹੈਗੇ ਹੈ ਅਵੇਲੇਬਲ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਲਈ ਤੁਸੀਂ ਕੋਲ ਕਰ ਸਕਦੇ ਹੋ 9 to 5 ਸਪੈਸ਼ਲੀ ਮੇਨ ਵਰਕਿੰਗ ਆਰਟਸ ਦੇ ਵਿੱਚ ਥੈਂਕ ਯੂ